वाहेगुरु जी का खालसा, वाहेगुरु जी की फतेह। नूर सलाम लोग ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਫਰੈਂਡਸ, ਅੱਜ ਆਪਾਂ ਬਣਾਵਾਂਗੇ ਤਿਲ ਅਤੇ ਗੁੜ ਦੇ ਪੇੜੇ, ਅਤੇ ਬਹੁਤ ਹੀ ਜ਼ਿਆਦਾ ਖਾਣ ਵਿੱਚ ਸਵਾਦ ਬਣਦੇ ਨੇ, ਅਤੇ ਸਰਦੀਆਂ ਵੀ ਨੇ, ਲੋਹੜੀ ਵੀ ਅੱਗੇ ਆ ਰਹੀ ਹੈ, ਅਤੇ ਤਿਲ ਆਪਣੇ ਲਈ ਬਹੁਤ ਵਧੀਆ ਨੇ। ਦੇਖੋ, ਆਪਣੇ ਪੇੜੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਅਤੇ ਬਹੁਤ ਹੀ ਜ਼ਿਆਦਾ ਡਿਲੀਸ਼ੀਅਸ ਲੱਗ ਰਹੇ ਨੇ। ਮੈਂ ਤੁਹਾਨੂੰ ਇੱਥੇ ਤੋੜ ਕੇ ਵਿਖਾ ਰਹੀ ਹਾਂ। ਹਾਂਜੀ, ਦੇਖੋ ਕਿੰਨੇ ਵਧੀਆ ਟੁੱਟ ਰਹੇ ਨੇ, ਇੱਦਾਂ ਜਿੱਦਾਂ ਆਪਾਂ ਬਰਫੀ ਖਾ ਰਹੇ ਹੁੰਦੇ ਹਾਂ, ਬਿਲਕੁਲ ਉੱਦਾਂ ਬਣੇ ਨੇ। ਹਾਂਜੀ, ਸਟਾਰਟ ਕਰਦੇ ਆਪਾਂ ਪ੍ਰੋਸੈਸ। ਹਾਂਜੀ ਫਰੈਂਡਸ, ਮੈਂ ਇਹ ਵਾਲੀ ਕੌਲੀ ਦਾ ਮੈਜ਼ਰਮੈਂਟ ਰਿਹਾ ਅਤੇ ਮੈਂ ਤਿਲ ਲੈ ਰਹੀ ਹਾਂ। ਤੁਸੀਂ ਇੱਥੇ ਵਾਈਟ ਤਿਲ ਵੀ ਲੈ ਸਕਦੇ ਹੋ, ਮੇਰੇ ਕੋਲ ਬਰਾਊਨ ਜਿਹੇ ਕਲਰ ਦੇ ਤਿਲ ਸੀਗੇ। ਹਾਂਜੀ, ਆਪਾਂ ਇਹਨਾਂ ਨੂੰ 2-3 ਮਿੰਟ ਦੇ ਲਈ ਡਰਾਈ ਰੋਸਟ ਕਰ ਲੈਣਾ ਵਾ, ਅਤੇ ਜਦੋਂ ਇਹ ਰੋਸਟ ਹੋ ਗਏ ਤਾਂ ਇਹਨਾਂ ਦੇ ਵਿੱਚ ਫਲਾਵਟ ਜੀ ਆ ਜੂਗੀ। ਆਪਣੇ ਲਈ ਫਰੈਂਡਸ, ਜਿਵੇਂ ਗੁੜ ਦੇ ਤੇਲ ਦੇ ਲੱਡੂ ਆਪਾਂ ਕਹਿ ਲਈਏ, ਬਹੁਤ ਹੀ ਜ਼ਿਆਦਾ ਇਹ ਸਿਹਤ ਲਈ ਫਾਇਦੇਮੰਦ ਨੇ। ਜਿੰਨੇ ਇਹ ਜ਼ਿਆਦਾ ਖਾਣ ਦੇ ਵਿੱਚ ਸਵਾਦ ਹੁੰਦੇ, ਓਨੇ ਹੀ ਇਹਨਾਂ ਦੇ ਆਪਣੇ ਸਰੀਰ ਨੂੰ ਕਈ ਫਾਇਦੇ ਵੀ ਆ, ਹੈ ਨਾ। ਤਿਲ ਦੇ ਲੱਡੂ ਖਾ ਕੇ ਆਪਾਂ ਪੂਰਾ ਦਿਨ ਸਰੀਰ ਦੇ ਵਿੱਚ ਊਰਜਾ ਬਣੀ ਰਹਿੰਦੀ ਆ, ਅਤੇ ਮਾਘੀ ਦੇ ਵਿਸ਼ੇਸ਼ ਮੌਕੇ 'ਤੇ ਵੀ ਇਹਨਾਂ ਨੂੰ ਤਿਲ ਦੇ ਗੁੜ ਦੀਆਂ ਮਿਠਾਈਆਂ ਖਾਸ ਤੌਰ 'ਤੇ ਬਣਾਈਆਂ ਵੀ ਜਾਂਦੀਆਂ ਵਾ, ਹੈ ਨਾ ਫਰੈਂਡਸ। ਇਹਨਾਂ ਦੇ ਨਾਲ ਜਿਵੇਂ ਆਪਣੇ ਫੇਫੜਿਆਂ ਨੂੰ ਵੀ ਕਾਫੀ ਫਾਇਦਾ ਹੁੰਦਾ ਵਾ, ਕੈਲਸ਼ੀਅਮ ਵੀ ਇਹਨਾਂ ਦੇ ਵਿੱਚ ਕਾਫੀ ਮਾਤਰਾ ਵਿੱਚ ਹੁੰਦਾ ਵਾ, ਅਤੇ ਸਰਦੀ ਦੇ ਮੌਸਮ ਵਿੱਚ ਵੈਸੇ ਹੀ ਫਾਇਦੇਮੰਦ ਹੁੰਦੇ, ਕਿਉਂਕਿ ਇਹਨਾਂ ਦੀ ਤਸੀਰ ਹਲਕੀ ਜਿਹੀ ਗਰਮ ਹੁੰਦੀ ਹੈ, ਅਤੇ ਤਾਂ ਕਰਕੇ ਇਹਨਾਂ ਨੂੰ ਸਰਦੀਆਂ ਦੇ ਵਿੱਚ ਜ਼ਿਆਦਾ ਖਾਧਾ ਜਾਂਦਾ ਵਾ। ਹਾਂਜੀ, ਜਿੱਦਾਂ ਕਿ ਆਪਾਂ ਨੂੰ ਮੈਂਟਲੀ ਵੀ ਪ੍ਰੋਬਲਮ ਹੁੰਦੀ ਹੈ, ਉਹਦੇ ਲਈ ਵੀ, ਅਤੇ ਆਪਾਂ ਨੂੰ ਇਹ ਡਿਪਰੈਸ਼ਨ ਅਤੇ ਟੈਨਸ਼ਨ ਤੋਂ ਵੀ ਦੂਰ ਰੱਖਦੇ ਆ ਥੋੜ੍ਹਾ, ਅਤੇ ਖਾਣੇ ਜ਼ਰੂਰੀ ਆ, ਅਤੇ ਜ਼ਰੂਰ ਬਣਾ ਕੇ ਖਾਣੇ ਚਾਹੀਦੇ ਸਰਦੀਆਂ ਦੇ ਵਿੱਚ। ਸਭ ਤੋਂ ਮੇਨ ਪੁਆਇੰਟ ਇਹਦੇ ਵਿੱਚ, ਤਿਲ ਦੇ ਲੱਡੂ ਖਾਣ ਨਾਲ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ। ਸਰਦੀਆਂ ਦੇ ਵਿੱਚ ਤਿਲ ਅਤੇ ਇਹਨਾਂ ਦੇ ਤੇਲ ਦਾ ਸੇਵਨ ਕਰਨ ਦੇ ਨਾਲ ਬਹੁਤ ਸਾਰੇ ਰੋਗ ਵੀ ਆਪਣੇ ਦੂਰ ਹੁੰਦੇ, ਅਤੇ ਇਹਨਾਂ ਦੇ ਵਿੱਚ ਕੈਲਸ਼ੀਅਮ, ਆਇਰਨ, ਅਮੀਨੋ ਐਸਿਡ, ਪ੍ਰੋਟੀਨ, ਵਿਟਾਮਿਨ B, C ਅਤੇ E ਵੱਧ ਤੋਂ ਵੱਧ ਮਾਤਰਾ ਵਿੱਚ ਪਾਏ ਜਾਂਦੇ ਆ, ਅਤੇ ਕਾਲੇ ਤਿਲ ਅਤੇ ਸਫੇਦ ਤਿਲ ਦੀ ਵਰਤੋਂ ਔਸ਼ਧੀ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਆ। ਹਾਂਜੀ, ਦੇਖੋ ਫਰੈਂਡਸ, ਆਪਣੇ ਤਿਲ ਹੁਣ ਇੱਥੇ ਰੋਸਟ ਹੋ ਚੁੱਕੇ ਨੇ, ਅਤੇ ਇਹਨਾਂ ਦਾ ਥੋੜ੍ਹਾ ਥੋੜ੍ਹਾ ਕਲਰ ਵੀ ਚੇਂਜ ਹੋ ਗਿਆ, ਅਤੇ ਇਹਨਾਂ 'ਚੋਂ ਫਲਾਵਟ ਵੀ ਆ ਗਈ ਹੈ। ਹੁਣ ਮੈਂ ਇੱਥੇ ਗੈਸ ਦਾ ਫਲੇਮ ਆ ਜਿਹੜਾ ਮੈਂ ਔਫ ਕਰ ਦੇਵਾਂਗੀ, ਅਤੇ ਇਹਨੂੰ ਇੱਦਾਂ ਚਲਾਉਂਦੇ ਹੋਏ ਮੈਂ ਥੋੜ੍ਹੇ ਠੰਡੇ ਕਰ ਲਵਾਂਗੀ, ਕਿਉਂਕਿ ਆਪਣਾ ਪੈਨ ਆ ਜਿਹੜਾ ਗਰਮ ਆ, ਅਤੇ ਦੇਖੋ ਬਸ ਥੋੜ੍ਹੇ ਕੁ ਟਾਈਮ ਦੇ ਵਿੱਚ ਹੀ ਠੰਡੇ ਹੋ ਜਾਂਦੇ ਨੇ। ਹਾਂਜੀ, ਮੈਂ ਇਹਨਾਂ ਨੂੰ ਸਾਈਡ 'ਤੇ ਇੱਕ ਛੋਟੀ ਪਲੇਟ ਦੇ ਵਿੱਚ ਟ੍ਰਾਂਸਫਰ ਕਰ ਰਹੀ ਹਾਂ ਹੁਣ, ਅਤੇ ਬਸ 1-1.5 ਮਿੰਟ ਦੇ ਵਿੱਚ ਹੀ ਇਹਨਾਂ ਨੇ ਠੰਡੇ ਹੋ ਜਾਣਾ ਵਾ। ਅਤੇ ਹੁਣ ਇੱਥੇ ਆਪਾਂ ਫਰੈਂਡਸ, 2-3 ਚਮਚੇ ਮੈਂ ਸਾਈਡ 'ਤੇ ਕੱਢ ਲਵਾਂਗੀ ਇੱਦਾਂ ਹੀ ਤਿਲਾਂ ਦੀ। ਹਾਂਜੀ ਦੇਖੋ, ਮੈਂ 3-4 ਚਮਚੇ ਮੈਂ ਸਾਈਡ 'ਤੇ ਕੱਢ ਲਏ ਨੇ, ਅਤੇ ਜਿਹੜੇ ਇਹ ਵਾਲੇ ਤਿਲ ਬਚ ਗਏ ਇਹਨਾਂ ਨੂੰ ਆਪਾਂ ਗ੍ਰਾਈਂਡ ਕਰ ਲਵਾਂਗੇ ਮਿਕਸੀ ਜਾਰ ਵਿੱਚ ਪਾ ਕੇ। ਹਾਂਜੀ ਦੇਖੋ, ਆਪਾਂ ਇਹਨਾਂ ਨੂੰ ਗ੍ਰਾਈਂਡ ਕਰ ਲੈਣਾ ਵਾ। ਹਾਂਜੀ, ਆਪਣੇ ਤਿਲ ਆ ਜਿਹੜੇ ਗ੍ਰਾਈਂਡ ਹੋ ਚੁੱਕੇ ਨੇ, ਅਤੇ ਸੋਰੀ ਮੈਂ ਵੀਡੀਓ ਸਟਾਰਟ ਕਰੀ ਸੀ ਬਟ ਵੀਡੀਓ ਸਟਾਰਟ ਨਹੀਂ ਸੀ ਹੋਈ, ਅਤੇ ਮੈਂ ਇਹਨਾਂ ਦੇ ਵਿੱਚ ਗੁੜ ਵੀ ਐਡ ਕਰ ਲਿਆ ਸੀ। ਇਹ ਵਾਲੀ ਕੌਲੀ ਹੋਈ, ਮੈਂ ਇੱਕ ਗੁੜ ਦੀ ਪਾਈ ਹੋਈ, ਇੱਕ ਹੀ ਕੌਲੀ ਆਪਾਂ ਤਿਲ ਲਏ ਸੀ, ਇੱਕ ਕੌਲੀ ਆਪਾਂ ਗੁੜ ਦੀ ਪਾ ਰਹੇ ਹਾਂ, ਅਤੇ ਗੁੜ ਮੈਂ ਛੋਟਾ ਛੋਟਾ ਪੀਸ ਕੱਟ ਲਿਆ ਸੀ। ਇਹਨਾਂ ਨੂੰ ਵੀ ਆਪਾਂ ਗ੍ਰਾਈਂਡ ਕਰ ਲਵਾਂਗੇ, ਤਿਲ ਪਹਿਲਾਂ ਕਰ ਲਏ ਸੀ ਅਤੇ ਗੁੜ ਵੀ ਆਪਾਂ ਗ੍ਰਾਈਂਡ ਕਰ ਲਿਆ। ਇੱਥੇ ਤੁਸੀਂ ਇਸਦੇ ਵਿੱਚ ਜੇ ਚਾਹੋ ਤਾਂ ਬਦਾਮ ਵੀ ਪਾ ਕੇ ਇਸ ਦੇ ਵਿੱਚ ਗ੍ਰਾਈਂਡ ਕਰ ਸਕਦੇ ਹੋ, ਬਟ ਮੈਂ ਉੱਪਰੋਂ ਪਾਵਾਂਗੀ। ਅਤੇ 1 ਚਮਚ ਆਪਾਂ ਦੇਸੀ ਘਿਓ ਦਾ ਲੈ ਰਹੇ ਹਾਂ, ਸਿਰਫ ਆਪਾਂ 1 ਚਮਚ ਦੇਸੀ ਘਿਓ ਦੇ ਵਿੱਚ ਹੀ ਆਪਾਂ ਇਹ ਜਿਹੜੇ ਪੇੜੇ ਬਣਾਵਾਂਗੇ। ਹਾਂਜੀ ਦੇਖੋ, ਆਪਣਾ ਘਿਓ ਮੈਲਟ ਹੋ ਗਿਆ, ਅਤੇ ਹੁਣ ਜਿਹੜਾ ਆਪਾਂ ਇਹ ਪੇਸਟ ਬਣਾਇਆ ਸੀਗਾ, ਅਤੇ ਇਸ ਨੂੰ ਆਪਾਂ ਪੈਨ ਦੇ ਵਿੱਚ ਪਾ ਦੇਵਾਂਗੇ। ਬਸ ਇੱਥੇ ਜ਼ਿਆਦਾ ਟਾਈਮ ਲਈ ਨਹੀਂ ਆਪਾਂ ਇਹਨੂੰ ਹਿਲਾਉਣਾ ਗਾ, ਬਸ 1-1.5 ਮਿੰਟ ਦੇ ਵਿੱਚ ਹੀ ਆਪਣਾ ਬਣ ਕੇ ਰੈਡੀ ਹੋ ਜਾਣਾ ਵਾ ਜਿਹੜਾ ਟੈਕਸਚਰ ਆ। ਬਸ ਦੇਖੋ, ਆਪਣਾ ਜਿਹੜਾ ਗੁੜ ਵਾ ਉਹ ਮੈਲਟ ਹੋਣਾ ਸਟਾਰਟ ਹੋ ਗਿਆ ਵਾ। ਹਾਂਜੀ ਦੇਖੋ, ਬਸ ਇਸ ਨੂੰ ਚਲਾਉਂਦੇ ਰਹਿਣਾ ਵਾ, ਅਤੇ ਹੁਣ ਇਸ ਦੇ ਵਿੱਚ ਥੋੜ੍ਹਾ ਜਿਹਾ ਵੀ ਮੈਂ ਇਹ ਡਰਾਈ ਜਿੰਜਰ ਪਾਊਡਰ ਪਾਵਾਂਗੀ, ਜਿਹਨੂੰ ਆਪਾਂ ਸੁੰਡ ਵੀ ਕਹਿ ਦਿੰਦੇ ਹਾਂ। ਮੈਂ ਬਸ 3/3 ਚਮਚ ਦਾ ਪਾ ਰਹੀ ਹਾਂ, ਕਿਉਂਕਿ ਇਹ ਆਪਣੇ ਲਈ ਬਹੁਤ ਚੰਗਾ ਹੁੰਦਾ, ਗਲੇ ਦੇ ਲਈ ਵੀ, ਖਾਂਸੀ ਤੋਂ ਵੀ ਚੰਗਾ ਹੁੰਦਾ। ਅਤੇ ਜਿਹੜੇ ਆਪਾਂ ਥੋੜ੍ਹੇ ਜਿਹੇ ਤਿਲ ਸਾਈਡ 'ਤੇ ਰੱਖੇ ਸੀਗੇ ਰੋਸਟ ਕਰਕੇ, ਉਹ ਵੀ ਆਪਾਂ ਇਸ ਦੇ ਵਿੱਚ ਪਾ ਦਿੱਤੇ। ਥੋੜ੍ਹੇ ਜਿਹੇ ਮੈਂ ਇਸ ਦੇ ਵਿੱਚ ਬਦਾਮ ਪਾ ਰਹੀ ਹਾਂ, ਤੁਸੀਂ ਹੋਰ ਵੀ ਆਪਣੀ ਮਰਜ਼ੀ ਦੇ ਨਾਲ ਡਰਾਈ ਫਰੂਟਸ ਇਸ ਦੇ ਵਿੱਚ ਐਡ ਕਰ ਸਕਦੇ ਹੋ। ਅਤੇ ਗੈਸ ਦਾ ਫਲੇਮ ਇੱਥੇ ਬਿਲਕੁਲ ਮੈਂ ਔਫ ਕਰ ਦਿੱਤਾ ਵਾ। ਹਾਂਜੀ, ਹੁਣ ਆਪਾਂ ਇਸ ਨੂੰ ਬਸ ਇੱਦਾਂ ਚਲਾਉਂਦੇ ਰਹਿਣਾ, ਅਤੇ ਇਸ ਨੂੰ ਆਪਾਂ ਸਾਈਡ 'ਤੇ ਹੁਣ ਕੱਢ ਲਵਾਂਗੇ, ਥੋੜ੍ਹਾ ਜਿਹਾ ਠੰਡਾ ਹੋਣ ਦੇਵਾਂਗੇ। ਹਾਂਜੀ ਦੇਖੋ, ਆਪਾਂ ਇਸਨੂੰ ਸਾਈਡ 'ਤੇ ਕੱਢ ਲਿਆ ਵਾ, ਅਤੇ ਹੁਣ ਆਪਾਂ ਇਸਦੇ ਛੋਟੇ ਛੋਟੇ ਪੇੜੇ ਬਣਾਵਾਂਗੇ। ਤੁਸੀਂ ਚਾਹੋ ਤਾਂ ਇਸਦੇ ਲੱਡੂ ਵੀ ਬਣਾ ਸਕਦੇ ਹੋ, ਬਟ ਮੈਂ ਇਸਦੇ ਪੇੜੇ ਬਣਾਵਾਂਗੇ। ਹਾਂਜੀ ਦੇਖੋ, ਕੋਈ ਵੀ ਸ਼ੇਪ ਦੇ ਸਕਦੇ ਹੋ, ਦੇਖੋ ਤੁਸੀਂ ਇੱਦਾਂ ਲੱਡੂਆਂ ਦੀ ਸ਼ੇਪ ਵੀ ਰੱਖ ਸਕਦੇ ਹੋ, ਬਟ ਮੈਂ ਉੱਪਰੋਂ ਥੋੜ੍ਹੇ ਜਿਹੇ ਨੂੰ ਨੱਪ ਕੇ ਮੈਂ ਇਹਨਾਂ ਦੇ ਪੇੜੇ ਬਣਾ ਲਵਾਂਗੀ। ਅਤੇ ਇਹ ਥੋੜ੍ਹੇ ਜਿਹੇ ਤਿਲ ਆਪਾਂ ਹੋਰ ਸਾਈਡ 'ਤੇ ਰੱਖੇ ਨੇ, ਅਤੇ ਆਪਾਂ ਉੱਪਰੋਂ ਇਹਨਾਂ ਨੂੰ ਤਿਲ ਲਾ ਦੇਵਾਂਗੇ, ਤਾਂ ਜੋ ਇਹ ਵੇਖਣ ਦੇ ਵਿੱਚ ਵੀ ਬਹੁਤ ਸੋਹਣੇ ਲੱਗਦੇ ਨੇ। ਅਤੇ ਇੱਦਾਂ ਕਰਕੇ ਆਪਾਂ ਸਾਰੇ ਪੇੜੇ ਤਿਆਰ ਕਰ ਲਵਾਂਗੇ।
हाँ जी अगर तुम्हें पसंद है तो तुम उपरों इदा तिल लगा सकते हो, अदरवाइज तुम इसमें स्किप भी कर सकते हो, बट मैं इदा लगे तिल बहुत सोहने लगते हैं तो मैं ता करके ला रही हूँ। तो आप इदा करके सारे पेड़े तैयार कर लवेंगे। हाँ जी देखो अपने सारे पेड़े तैयार हो गए हैं। तो उपर थोड़ा थोड़ा आप पिस्ता पा दिता है तो ये इसकी लुक होर भी ज़्यादा वधिया बन के आई। तो मैं तुम्हें इतने तोड़ के दिखा रही हूँ, बहुत ही ज़्यादा डिलीशियस पेड़े बने ने अपने, बिल्कुल जिदा आप आम मठियाई खाने हैं ना उदा ही बने ने, कोई ज़्यादा ये आए नहीं भी टुटणगे नहीं, बहुत ही वधिया बनते हैं। आई होप तुम मेरी अज की वीडियो पसंद आई होगी। अगर तुम मेरी वीडियो पसंद आई तो प्लीज़ वीडियो में लाइक करना, अगर तुम मेरे चैनल पर न्यू आए हो तो प्लीज़ चैनल में सबसक्राइब जरूर कर लेना और नाल वाला बैल आइकन का बटन जरूर प्रेस करना। वीडियो देखने के लिए धन्यवाद। वाहेगुरु जी का खालसा, वाहेगुरु जी की फतेह।